ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ। ਅੱਜ ਆਪਾਂ ਆਏ ਹਾਂ ਗਾਜਰਾਂ ਦੇ ਝਟਪਟ ਅਚਾਰ ਬਣਨ ਵਾਲੀ ਵੀਡੀਓ ਲੈ ਕੇ। ਇਹਦੇ ਲਈ ਮੈਂ 1 ਕਿਲੋ ਗਾਜਰਾਂ ਲੈ ਲਈਆਂ ਸੀ ਲਾਲ ਲਾਲ, ਉਹਨਾਂ ਨੂੰ ਛਿੱਲ ਸਵਾਰ ਕੇ ਧੋ ਕੇ, ਤਾਂ ਹੁਣ ਤੋਂ 2 ਘੰਟੇ ਪਹਿਲਾਂ ਮੈਂ ਇਹਨਾਂ ਨੂੰ ਬਰੀਕ ਬਰੀਕ ਪੀਸਾਂ ਦੇ ਵਿੱਚ ਕੱਟ ਲਿਆ ਸੀ। ਵੈਸੇ ਤਾਂ ਇਹਨੂੰ ਸੁਕਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਪਰ ਮੇਰਾ ਟਾਈਮ ਬਾਅਦ ਦੇ ਵਿੱਚ ਲੱਗਿਆ ਸੀਗਾ, ਤਾਂ ਇਸ ਤਰ੍ਹਾਂ ਮੈਂ 1 ਪੀਸ ਵਿੱਚ ਰੱਖ ਲਿਆ ਸੀਗਾ। ਇੰਨੀ ਇੰਨੀ ਥਿਕਨੈਸ ਨਾਲ ਹੀ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ, ਵੀ ਬਾਹਲੀਆਂ ਬਰੀਕ ਨਹੀਂ ਆਪਾਂ ਕਟਿੰਗ ਕਰਾਂਗੇ, ਕਿਉਂਕਿ ਨਹੀਂ ਤਾਂ ਜਦੋਂ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਸੇਕ ਲਵਾਵਾਂਗੇ ਫਿਰ ਸਾਰੀਆਂ ਵਿੱਚ ਹੀ ਮਰਜ ਹੋ ਜਾਣਗੀਆਂ, ਵੀ ਰਲ ਜੇ ਜਾਣਗੇ, ਘੁਲ ਜਾਣਗੀਆਂ। ਇੰਨੇ ਇੰਨੇ ਪੀਸਾਂ ਦੀ ਥਿਕਨੈਸ ਹੋਣੀ ਚਾਹੀਦੀ ਹੈ, ਵੀ ਬਾਹਲੀਆਂ ਬਰੀਕ ਨਹੀਂ ਆਪਾਂ ਕਰਾਂਗੇ ਇਹਨਾਂ ਨੂੰ। ਤਾਂ ਇਹਨਾਂ ਨੂੰ ਆਪਾਂ ਕੱਟ ਸਵਾਰ ਲਿਆ ਸੀਗਾ। ਹੁਣ ਆਪਾਂ ਇਹਦੇ ਵਿੱਚ ਪਾਉਣ ਵਾਲੇ ਜਿਹੜੇ ਸਾਬਤ ਮਸਾਲੇ ਆ ਆਪਾਂ ਉਹ ਪਾਵਾਂਗੇ। ਇਹਦੇ ਵਿੱਚ ਵੈਸੇ ਤਾਂ ਰਾਈ ਅਤੇ ਪੀਲੀ ਸਰੋਂ ਹੀ ਪੈਂਦੀ ਹੈ, ਕਿਉਂਕਿ ਇਹ ਖੱਟੀ ਪੰਚ ਹੁੰਦੀ ਹੈ ਜਿਹੜੀ ਹੈਗੀ ਹੈ। ਇਹ ਜਿਹੜੀ ਆਮ ਸਰੋਂ ਹੁੰਦੀ ਹੈ ਆਪਾਂ ਇਹ ਨਹੀਂ ਪਾਵਾਂਗੇ, ਜਿਹੜੀ ਦੇਸੀ ਸਰੋਂ ਹੁੰਦੀ ਹੈ ਇਹ ਨਹੀਂ ਆਪਾਂ ਪਾਵਾਂਗੇ, ਕਿਉਂਕਿ ਇਹ ਥੋੜ੍ਹੇ ਕੜਵੇ ਪੰਚ ਆ ਜਾਂਦੀ ਹੁੰਦੀ ਹੈ, ਤਾਂ ਇਹ ਥੋੜ੍ਹੇ ਖੱਟੇ ਪੰਚ ਹੁੰਦੀ ਹੈ। ਆਪਾਂ ਪੀਲੀ ਸਰੋਂ ਹੀ ਪਾਵਾਂਗੇ, ਪੀਲੀ ਸਰੋਂ ਅਤੇ ਰਾਈ ਇਹ ਦੋਨੋਂ ਚੀਜ਼ਾਂ ਹੀ ਖੱਟੇ ਦਾ ਕੰਮ ਕਰਦੀਆਂ, ਤਾਂ ਆਪਾਂ ਇਹੀ ਦੋਨੋਂ ਪਾਵਾਂਗੇ। ਇਹ ਥੋੜ੍ਹੇ ਬਰੀਕ ਦਾਣਿਆਂ ਦੇ ਵਿੱਚ ਹੁੰਦੀ, ਇਹ ਤਿੰਨੇ ਚੀਜ਼ਾਂ ਤਾਂ ਵੀ ਥੋੜ੍ਹਾ ਇਹਨਾਂ ਦਾ ਫਰਕ ਵਿਖਾਉਣ ਵਾਸਤੇ ਹੀ ਮੈਂ ਰੱਖੀਆਂ ਸੀ ਕੋਲ। ਤਾਂ ਇਹ ਆਪਾਂ ਹੁਣ 5 ਚਮਚ ਲੈ ਲਵਾਂਗੇ ਪੀਲੀ ਸਰੋਂ ਦੇ। ਲਓ ਜੀ, 5 ਚਮਚ ਆਪਾਂ ਸਰੋਂ ਦੇ ਲੈ ਲਏ, ਅਤੇ ਚਮਚ ਨਾਲੋਂ ਵੀ ਥੋੜ੍ਹਾ ਜਿਹਾ ਘੱਟ ਹੀ ਆਪਾਂ ਲੈ ਲਵਾਂਗੇ ਮੇਥੀ ਦਾਣਾ, ਅਤੇ 2 ਚਮਚ ਆਪਾਂ ਪਾ ਲਵਾਂਗੇ ਜੀ ਸੌਂਫ ਦੇ। ਤਾਂ ਹੁਣ ਇਹ ਜਿਹੜੇ ਤਿੰਨੇ ਮਸਾਲੇ ਇਹਨਾਂ ਨੂੰ ਆਪਾਂ ਮਿਕਸੀ ਦੇ ਗ੍ਰੈਂਡਰ ਜਾਰ 'ਚ ਪਾ ਕੇ, ਤਾਂ ਇਹਨਾਂ ਦਾ ਆਪਾਂ ਦਰਦਰਾ ਜਿਹਾ ਪਾਊਡਰ ਬਣਾ ਲਵਾਂਗੇ, ਵੀ ਪੂਰਾ ਫਾਈਨ ਪਾਊਡਰ ਨਹੀਂ ਬਣਾਵਾਂਗੇ, ਦਰਦਰਾ ਜਿਹਾ ਹੀ ਬਣਾਵਾਂਗੇ। ਲਓ ਜੀ, ਪਾਊਡਰ ਵੀ ਆਪਾਂ ਬਣਾ ਲਿਆ, ਤਾਂ ਇਹਨੂੰ ਕੱਢ ਦੇਵਾਂਗੇ। ਹੁਣ ਵੇਖੋ ਹੈ ਨਾ ਥੋੜ੍ਹਾ ਜਿਹਾ ਦਰਦਰਾ ਜਿਹਾ, ਪੂਰਾ ਵੀ ਬਿਲਕੁਲ ਫਾਈਨ ਪਾਊਡਰ ਨਹੀਂ ਬਣਾਵਾਂਗੇ। ਹੁਣ ਆਪਾਂ 1 ਚਮਚ ਲੈ ਲਿਆ ਰਾਈ ਦਾ, ਅੱਧੇ ਤੋਂ ਵੀ ਥੋੜ੍ਹਾ ਚਮਚ ਲੈ ਲਿਆ ਆਪਾਂ ਹਲਦੀ ਦਾ, ਹਲਦੀ ਪਾਊਡਰ, ਅਤੇ ਆਪਾਂ ਪਾ ਰਹੇ ਹਾਂ ਵਿੱਚ ਕਸ਼ਮੀਰੀ ਲਾਲ ਮਿਰਚ, ਕਿਉਂਕਿ ਇਹ ਕੌੜੀ ਘੱਟ ਹੁੰਦੀ ਹੈ ਅਤੇ ਰੰਗਤ ਵਧੀਆ ਦਿੰਦੀ ਹੈ, ਤਾਂ ਇਹ 1 ਚਮਚ। ਜੇ ਤੁਸੀਂ ਨੋਰਮਲ ਵਰਤਣ ਵਾਲੀ ਮਿਰਚ ਪਾ ਰਹੇ ਹੋ ਤਾਂ 1/2 ਚਮਚ ਤੋਂ ਵੀ ਥੋੜ੍ਹੀ ਘੱਟ ਹੀ ਪਾਇਓ। ਅਤੇ 1/4 ਚਮਚ ਆਪਾਂ ਪਾਇਆ ਕਾਲੀ ਮਿਰਚ ਦਾ, ਦਰਦਰੀ ਕੁੱਟੀ ਕਾਲੀ ਮਿਰਚ ਘਰ ਦੀ ਕੁੱਟੀ ਹੋਈ। ਤਾਂ 1.5 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਦਾ। ਤਾਂ ਹੁਣ ਕੜਾਹੀ ਥੱਲੇ ਆਪਾਂ ਗੈਸ ਜਲਾ ਕੇ, ਤਾਂ 4-5 ਚਮਚ ਆਪਾਂ ਪਾ ਦੇਵਾਂਗੇ ਸਰੋਂ ਦੇ ਤੇਲ ਦੇ। ਤਾਂ ਇਹਨੂੰ ਆਪਾਂ ਥੋੜ੍ਹਾ ਗਰਮ ਹੋ ਲੈਣ ਦਿਆਂਗੇ। ਜਦੋਂ ਇਹ ਗਰਮ ਹੋ ਗਿਆ ਤਾਂ ਵਿੱਚ 3-4 ਚੁਟਕੀ ਆਪਾਂ ਹਿੰਗ ਦੀ ਪਾ ਦਿਆਂਗੇ, ਤਾਂ ਵਿੱਚ ਪਾ ਦਾਂਗੇ ਆਪਾਂ ਜਿਹੜੇ ਸੁੱਕੇ ਮਸਾਲੇ ਆਪਣੇ ਸਣੇ ਰਾਈ। ਵੀਵਰਸ, ਵੀਡੀਓ ਦੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜੇ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ ਘੰਟੀ ਵਾਲਾ ਬਟਨ ਵੀ ਆਲ 'ਤੇ ਪ੍ਰੈਸ ਕਰ ਦੇਣਾ। ਲਓ ਜੀ, ਹੁਣ ਆਪਾਂ ਇਹ ਵੀ ਹੁਣ ਆਪਾਂ ਨਾ ਗੈਸ ਨੀਚੇ ਤੋਂ ਬੰਦ ਕੀਤੀ ਹੋਈ ਹੈ ਕਰੀ ਤੇਲ ਗਰਮ ਕਰਨ ਤੋਂ ਬਾਅਦ। ਤਾਂ ਹੁਣ ਵਿੱਚ ਜਿਹੜੀਆਂ ਆਪਾਂ ਗਾਜਰਾਂ ਕੱਟੀਆਂ ਸੀ ਆਪਾਂ ਉਹ ਪਾ ਕੇ ਅਤੇ ਹੁਣ ਮਿਕਸ ਕਰ ਦੇਵਾਂਗੇ, ਜਿਹੜੀ ਵੀ ਤੇਲ ਦੀ ਹਲਕੀ ਹਲਕੀ ਮਾੜੀ ਮੋਟੀ ਜਿਹੀ ਕੋਟਿੰਗ ਆ ਜੂਗੀ ਮਸਾਲਿਆਂ ਦੀ ਅਤੇ ਤੇਲ ਦੀ। ਤਾਂ ਜਦੋਂ ਇਹ ਮਿਕਸ ਹੋ ਗਏ, ਮਿਕਸ ਕਰਕੇ, ਤਾਂ ਫਿਰ ਆਪਾਂ 1 ਚਮਚ ਲੈ ਲਵਾਂਗੇ ਕਲੌਂਜੀ ਦਾ, ਅਤੇ ਜਿਹੜੇ ਆਪਾਂ ਦਰਦਰੇ ਕੁੱਟੇ ਮਸਾਲੇ ਆ ਉਹਨਾਂ ਦੇ ਵਿੱਚ ਮਿਕਸ ਕਰ ਲਾਂਗੇ। ਕਲੌਂਜੀ ਨਹੀਂ ਆਪਾਂ ਪੀਸਾਂਗੇ, ਆਪਾਂ ਸਾਬਤ ਹੀ ਉਵੇਂ ਪਾਵਾਂਗੇ। ਤਾਂ ਹੁਣ ਇਹ ਦਰਦਰੇ ਕੁੱਟੇ ਮਸਾਲੇ ਅਤੇ ਕਲੌਂਜੀ ਇਹ ਸਾਰਾ ਆਪਾਂ ਗਾਜਰਾਂ ਦੇ ਉੱਪਰ ਪਾ ਕੇ
ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਵਾਂਗੇ ਉੱਪਰ ਨੀਚੇ ਕਰਕੇ, ਜਿਹੜੇ ਕਿ ਮਸਾਲੇ ਪੂਰੀ ਤਰ੍ਹਾਂ ਰਲ ਜਾਣ ਅਤੇ ਵੀ ਸਾਰੀ ਕੋਟਿੰਗ ਹੋ ਜਾਵੇ। ਹੁਣ ਨੀਚੇ ਤੋਂ ਆਪਾਂ ਗੈਸ ਜਲਾ ਲਾਂਗੇ, ਤਾਂ ਗੈਸ ਜਿਹੜੀ ਆਪਾਂ ਨਾ ਮੀਡੀਅਮ ਆਂਚ ਤੋਂ ਵੀ ਘੱਟ ਹੀ ਰੱਖਾਂਗੇ, ਲੋ ਟੂ ਮੀਡੀਅਮ ਦੇ ਵਿੱਚ ਹੀ ਰੱਖਾਂਗੇ, ਕਿਉਂਕਿ ਮੀਡੀਅਮ ਗੈਸ 'ਤੇ ਨਹੀਂ ਤਾਂ ਲੱਗਣ ਦਾ ਥੱਲੇ ਡਰ ਹੋਊਗਾ। ਅਤੇ ਇਸ ਤਰ੍ਹਾਂ ਢੱਕਣ ਦੇ ਉੱਪਰ ਆਪਾਂ ਪੌਣਾ ਰੱਖ ਕੇ ਨਾ ਫਿਰ ਆਪਾਂ ਇਹਨੂੰ ਦੇਵਾਂਗੇ ਢੱਕਣ ਨੂੰ ਉੱਪਰ। ਇਹਦਾ ਵੀ ਇੱਕ ਕਾਰਨ ਇਹ ਹੈ ਵੀ ਜੇ ਆਪਾਂ ਇਸ ਤਰ੍ਹਾਂ ਕੱਪੜਾ ਲਾਇਆ ਹੋਊਗਾ ਨਾ ਤਾਂ ਵਿੱਚ, ਹੁਣ ਵੇਖੋ ਗੈਸ ਵੀ ਥੱਲੇ ਤੋਂ ਨੀਚੇ ਤੋਂ ਜਮਾਂ ਘੱਟ ਹੈ, ਤਾਂ ਜਦੋਂ ਕੱਪੜਾ ਲਾਇਆ ਹੋਊਗਾ ਤਾਂ ਫਿਰ ਆਪਣਾ ਨਾ ਜੋ ਵੀ ਆਪਣਾ ਪਸੀਨਾ ਆਉਂਦਾ ਉੱਪਰ ਭਾਫ ਬਣ ਕੇ ਉੱਡਦੀ ਹੈ ਤਾਂ ਉਹ ਚੀਜ਼ ਆਪਣੀ ਅਚਾਰ ਦੇ ਵਿੱਚ ਨਹੀਂ ਪਊਗੀ, ਵੀ ਉੱਪਰੋਂ ਢੱਕਣ ਵਾਲਾ ਪਾਣੀ ਨੀਚੇ ਨਹੀਂ ਆਊਗਾ। ਤਾਂ ਹੁਣ ਇਹਨੂੰ ਆਪਾਂ 3-4 ਮਿੰਟਾਂ ਬਾਅਦ ਆਪਾਂ ਥੋੜ੍ਹਾ ਜਿਹਾ ਵੇਖ ਲਿਆ ਟੋ ਕੇ ਹਲਕਾ ਜਿਹਾ, ਅਤੇ ਲਓ ਜੀ ਹੁਣ ਇਹਦੇ ਵਿੱਚ ਆਪਾਂ 4-5 ਚਮਚ 4 ਚਮਚ ਪਾ ਦੇਵਾਂਗੇ ਸਿਰਕੇ ਦੇ, ਕਿਉਂਕਿ ਸਿਰਕੇ ਨਾਲ ਅਚਾਰ ਦੀ ਸ਼ੈਲਫ ਲਾਈਫ ਵੀ ਵੱਧ ਜਾਂਦੀ। ਇੱਥੇ ਜੇ ਸਿਰਕਾ ਹੈਗਾ ਤਾਂ ਸਿਰਕਾ ਪਾ ਦਿਓ, ਜੇ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤਾਂ ਖੱਟੇਪਨ ਵਾਸਤੇ ਤੁਸੀਂ ਕੋਈ 2 ਨਿੰਬੂ ਵੀ ਨਿਚੋੜ ਸਕਦੇ ਹੋ, ਨਿੰਬੂ ਦਾ ਜੂਸ ਵੀ ਪਾ ਸਕਦੇ ਹੋ, ਪਰ ਮੈਂ ਸਿਰਕਾ ਪਾਇਆ ਵੀ ਅਚਾਰ ਦੀ ਸ਼ੈਲਫ ਲਾਈਫ ਵੀ ਵੱਧ ਜਾਂਦੀ ਹੈ ਅਤੇ ਖੱਟਾਪਨ ਵੀ ਆ ਜਾਂਦਾ। ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ, ਲਓ ਜੀ ਹੁਣ ਸਿਰਕਾ ਪਾਉਣ ਤੋਂ ਬਾਅਦ ਮਿਕਸ ਕਰ ਦਿੱਤਾ ਅਤੇ ਗੈਸ ਨੀਚੇ ਤੋਂ ਆਪਣਾ ਬਿਲਕੁਲ ਬੰਦ ਹੈ, ਤਾਂ ਹੁਣ ਇਹਨੂੰ ਢੱਕ ਕੇ ਵੈਸੇ ਆਪਾਂ 2-4 ਮਿੰਟ ਲਈ ਰੱਖ ਦਾਂਗੇ ਅਤੇ ਨੀਚੇ ਉਤਾਰ ਲਵਾਂਗੇ। ਲਓ ਜੀ ਹੁਣ ਜੋ ਵੀ ਸਟੀਮ ਸੀ ਨਾ ਆਪਣੀ ਆ ਪੌਣੇ ਦੇ ਨਾਲ ਲੱਗ ਚੁੱਕੀ ਹੈ, ਵੀ ਇੱਕ ਵੀ ਡ੍ਰੌਪ ਵਿੱਚ ਪਾਣੀ ਦਾ ਨਹੀਂ ਗਿਆ, ਕਿਤੇ ਨਾ ਹੀ ਜਾਣਾ ਚਾਹੀਦਾ ਹੁੰਦਾ ਅਚਾਰ ਦੇ ਵਿੱਚ। ਤਾਂ ਹੁਣ ਇਹਨੂੰ ਚੰਗੀ ਤਰ੍ਹਾਂ ਉੱਪਰ ਨੀਚੇ ਫਿਰ ਤੋਂ ਕਰਕੇ ਤਾਂ ਇਹਨੂੰ ਆਪਾਂ ਠੰਡਾ ਹੋਣ ਦੇਵਾਂਗੇ ਪਹਿਲਾਂ, ਫਿਰ ਕਿਸੇ ਚੀਜ਼ ਦੇ ਵਿੱਚ ਆਪਾਂ ਕਿਸੇ ਵੀ ਕੰਚ ਦੇ ਜਾਰ ਦੇ ਵਿੱਚ ਜਾਂ ਕਿ ਕਿਵੇਂ ਆਪਾਂ ਰੱਖਾਂਗੇ। ਹੁਣ ਮੈਂ ਤੁਹਾਨੂੰ ਇਹਦੀ ਥਿਕਨੈਸ ਵਿਖਾਉਂਦੀ ਹਾਂ, ਟੈਕਸਚਰ ਵਿਖਾਉਂਦੀ ਇਹਦਾ, ਵੇਖੋ ਥੋੜ੍ਹਾ ਜਿਹਾ ਨਾ ਹਾਰਡਲੀ ਟੁੱਟਣੀ ਚਾਹੀਦੀ ਹੁੰਦੀ ਹੈ ਇਹ ਗਾਜਰ ਅਚਾਰ ਵਾਲੀ, ਕਿਉਂਕਿ ਜੇ ਬਾਲੀਆਂ ਗਲ ਜਾਣਗੀਆਂ ਤਾਂ ਉਹ ਤਾਂ ਸਬਜ਼ੀ ਜੀ ਵਰਗਾ ਉਹ ਅਚਾਰ ਦਾ ਤਾਂ ਟੇਸਟ ਹੀ ਨਹੀਂ ਰਹੂਗਾ ਨਾ। ਲਓ ਜੀ ਹੁਣ ਇਹ ਠੰਡਾ ਵੀ ਹੋ ਚੱਲਿਆ ਅਤੇ ਕਿਆ ਰੰਗਤ ਹੈ, ਕਿਆ ਟੈਕਸਚਰ ਹੈ ਅਤੇ ਟੇਸਟੀ ਵੀ ਬਹੁਤ ਬਣਿਆ। ਇਹ ਅਚਾਰ ਆਪਾਂ ਅਗਰ ਬਾਹਰ ਰੱਖ ਕੇ ਖਾਣਾ ਤਾਂ 4-5 ਦਿਨਾਂ ਵਾਸਤੇ ਵਧੀਆ ਖਾ ਸਕਦੇ ਹਾਂ, ਅਗਰ ਇਹਨੂੰ ਫਰਿੱਜ ਦੇ ਵਿੱਚ ਰੱਖਾਂਗੇ ਤਾਂ ਇਹਨੂੰ ਆਪਾਂ ਹਫ਼ਤਾ 10 ਦਿਨਾਂ ਤੱਕ ਵੀ ਇਹਨੂੰ ਖਾ ਸਕਦੇ ਹਾਂ, ਕਿਉਂਕਿ ਵਿੱਚ ਆਪਣੇ ਸਿਰਕਾ ਪਾਇਆ ਹੋਇਆ, 10 ਦੇ ਵੀ 15 ਦਿਨਾਂ ਤੱਕ ਵੀ ਚੱਲ ਜੂਗਾ, ਤਾਂ ਬਹੁਤ ਵਧੀਆ ਅਚਾਰ ਬਣਿਆ। ਲਓ ਜੀ ਗਾਜਰਾਂ ਦਾ ਝਟਪਟ ਬਣਨ ਵਾਲਾ 15 ਮਿੰਟ ਦੇ ਵਿੱਚ ਇਹ ਅਚਾਰ ਬਣ ਕੇ ਆਪਣਾ ਰੈਡੀ ਹੋ ਜਾਂਦਾ ਅਤੇ ਖਾਣ ਵਾਸਤੇ ਵੀ ਰੈਡੀ ਹੈ। ਕਿਸੇ ਵੀ ਤਰ੍ਹਾਂ ਦੇ ਕੋਈ ਜਿਵੇਂ ਛੋਲੇ ਭਟੂਰੇ ਆਪਾਂ ਬਣਾਉਂਦੇ ਹਾਂ ਉਹਨਾਂ ਵਾਸਤੇ ਇੰਸਟੈਂਟ ਅਚਾਰ ਬਣਾਉਣਾ ਹੋਵੇ, ਜਾਂ ਵੀ ਕੋਈ ਵੈਸੇ ਵੀ ਅਚਾਨਕ ਮਨ ਕਰਦਾ ਤਾਂ ਬਣਾਉਣਾ ਹੋਵੇ, ਤਾਂ ਇਸ ਤਰ੍ਹਾਂ ਆਪਾਂ ਝਟਪਟ ਤਿਆਰ ਕਰ ਸਕਦੇ ਹਾਂ ਗਾਜਰ ਦਾ ਅਚਾਰ। ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ, ਔਰ ਜੋ ਵੀਵਰਸ ਮੇਰੇ ਚੈਨਲ 'ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹੈ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓ 'ਤੇ ਵੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।